दोस्तों आज तुहानू एक ऐसी कहानी दसन लगे हैं। एक बंदा पंजाब दे साबका मुख्यमंत्री दे कतल दे मामले दे विच नामजद, 6 बार उन्हों फांसी हुंदी है, ऐलान हुंदा कि फांसी दे दित्ती जानी चाहिए, कोई ढिल नहीं होनी चाहिए, ते 3 बार परिवार दे वल्लों आखिरी मुलाकात भी की जाती है कि भाई अज तो बाद फिर शायद मेले ना हो क्योंकि फांसी होनी, पर हर बार फांसी टुटती है। ते उस व्यक्ति दे साहां दी तंद बीते दिन ही टुटी है, अज उन्हां दा भोग पे। पिंड माणकसर हनुमानगढ़ दे कोल उस पिंड दे विचों अज मैं जदों वापस मुड़िया तां बहुत सारी इनफॉर्मेशन तुहाडे नाल सांझी करनी जरूरी लगी। 6 फरवरी 1965 पंजाब दे साबका मुख्यमंत्री सरदार प्रताप सिंह कैरों दा उहदे कुछ साथियों समेत कतल हुंदा है, पिंड रसोई जिला सोनीपत, उदों अणवंडिया पंजाब सी। ਉਹ ਦਿੱਲੀ ਤੋਂ ਕਿਸੇ ਕੰਮ ਲਈ ਆ ਰਹੇ ਸੀ ਤੇ ਜਦੋਂ ਵਾਪਸ ਪੰਜਾਬ ਨੂੰ ਪਰਤ ਰਹੇ ਸੀ ਉਦੋਂ ਉਹਨਾਂ ਤੇ ਹਮਲਾ ਹੁੰਦਾ ਹੈ, ਜਾਨ ਚਲੀ ਜਾਂਦੀ ਹੈ। ਪੁਲਿਸ ਦੇ ਹੱਥ ਵਸ ਕੁਛ ਨਹੀਂ ਲੱਗਦਾ, ਬਹੁਤ ਸਾਰੀ ਇਨਫੋਰਮੇਸ਼ਨ ਉਹਨਾਂ ਨੂੰ ਇਕੱਠੀ ਕਰਨੀ ਪੈਂਦੀ ਹੈ, ਬਹੁਤ ਸਾਰੀ ਲੰਬੀ ਤਫਤੀਸ਼ ਕਰਨੀ ਪੈਂਦੀ ਹੈ, ਫਿਰ ਕਿਤੇ ਜਾ ਕੇ ਖੁਰਾ ਖੋਜ ਲੱਭਦਾ ਹੈ। ਤੇ ਉਸ ਕਤਲ ਕੇਸ ਦੇ ਵਿੱਚ 4 ਵਿਅਕਤੀ ਮੁੱਖ ਰੂਪ ਦੇ ਵਿੱਚ ਦੋਸ਼ੀ ਮੰਨੇ ਜਾਂਦੇ ਨੇ। ਪਹਿਲਾ ਸੁੱਚਾ ਸਿੰਘ ਵਾਸੀ ਪਿੰਡ ਬੀੜ ਵਾਸੀਆਂ, ਦੂਜਾ ਬਲਦੇਵ ਸਿੰਘ, ਤੀਜਾ ਨਾਹਰ ਸਿੰਘ ਤੇ ਚੌਥਾ ਦਿਆ ਸਿੰਘ। ਪਹਿਲੇ 3 ਦੀ ਗ੍ਰਿਫਤਾਰੀ ਹੋ ਜਾਂਦੀ ਹੈ, ਮਾਮਲਾ ਚੱਲਦਾ ਹੈ ਤੇ 1969 ਦੇ ਵਿੱਚ ਉਹਨਾਂ ਨੂੰ ਫਾਂਸੀ ਤੇ ਲਟਕਾ ਦਿੱਤਾ ਜਾਂਦਾ। ਦੂਜੇ ਪਾਸੇ ਦਿਆ ਸਿੰਘ ਪੁਲਿਸ ਤੋਂ ਬਚਦਾ ਬਚਦਾ ਪੰਜਾਬ 'ਚ ਆ ਜਾਂਦਾ ਹੈ ਤੇ ਪੰਜਾਬ ਦੇ ਬੇਨੜਾ ਪਿੰਡ ਦੇ ਵਿੱਚ ਲਗਾਤਾਰ ਰਹਿੰਦਾ ਹੈ। ਕਿਸੇ ਨੂੰ ਪਤਾ ਹੀ ਨਹੀਂ ਲੱਗਦਾ ਕਿ ਕਿੱਥੇ ਰਿਹਾ। ਇੱਥੋਂ ਤੱਕ ਕਿ ਧੂਰੀ ਪੁਲਿਸ ਥਾਣੇ ਦੇ ਨਾਲ ਉਹ ਇੱਕ ਮਿਸਤਰੀ ਦੇ ਰੂਪ ਦੇ ਵਿੱਚ ਦੁਕਾਨ ਕਰ ਲੈਂਦਾ। ਉੱਥੇ ਕਹਿੰਦੇ ਲੰਮਾ ਟਾਈਮ ਰਿਹਾ, ਪੁਲਿਸ ਨੂੰ ਨਹੀਂ ਪਤਾ ਲੱਗਿਆ। ਕਾਰਨ ਕਿ ਉਹ ਆਪਣੀ ਫੋਟੋ ਨਹੀਂ ਖਿਚਵਾਉਂਦੇ ਸੀ, ਛੇਤੀ ਕੀਤੇ ਕਿਸੇ ਤੇ ਧਿੱਜਦੇ ਨਹੀਂ ਸੀ। ਫਿਰ 1972 ਦੇ ਵਿੱਚ ਉਹਨਾਂ ਦੀ ਗ੍ਰਿਫਤਾਰੀ ਪਿੰਡ ਸਾਰੋਂ ਤੋਂ ਹੁੰਦੀ ਹੈ। ਟ੍ਰਾਇਲ ਚੱਲਦਾ ਹੈ, ਫਾਂਸੀ ਦੀ ਸਜ਼ਾ ਪਹਿਲਾਂ ਲੋਅਰ ਕੋਰਟ ਦਿੰਦੀ ਹੈ, ਅਪਰ ਕੋਰਟ, ਹਾਈ ਕੋਰਟ, ਸੁਪਰੀਮ ਕੋਰਟ ਤੱਕ ਫਾਂਸੀ ਦੀ ਸਜ਼ਾ ਬਰਕਰਾਰ ਰਹਿੰਦੀ ਹੈ। ਤਖਤਾ ਤਿਆਰ ਹੋ ਜਾਂਦਾ ਹੈ, ਰੱਸਾ ਤਿਆਰ ਹੋ ਜਾਂਦਾ ਹੈ ਤੇ ਪਰਿਵਾਰ ਦੇ ਵੱਲੋਂ ਮੁਲਾਕਾਤ ਵੀ ਕਰ ਲਈ ਜਾਂਦੀ ਹੈ। ਪਰ ਕਿਸਮਤ ਦਾ ਧਣੀ ਰੱਬ ਤੇ ਡੋਰੀ ਰੱਖਣ ਵਾਲਾ ਉਹ ਬੰਦਾ ਫਾਂਸੀ ਦੇ ਕੁਛ ਪਲਾਂ ਪਹਿਲਾਂ ਜ਼ਿੰਦਗੀ ਵੱਲ ਪਰਤਣ ਲਈ ਕਾਮਯਾਬ ਹੋ ਜਾਂਦਾ ਹੈ। 3 ਵਾਰ ਲਗਾਤਾਰ ਉਸਦੀ ਫਾਂਸੀ ਉਦੋਂ ਰੱਦ ਹੁੰਦੀ ਹੈ ਜਦੋਂ ਵਾਰੰਟ ਵੀ ਤਿਆਰ ਹੋ ਜਾਂਦੀ ਹੈ। ਮੈਨੂੰ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੇ ਇੱਕ ਵਾਰ ਪਹਿਲਾਂ ਦੱਸਿਆ ਸੀ ਕਿ ਪਰਿਵਾਰ ਦੇ ਮੈਂਬਰ ਦਇਆ ਸਿੰਘ ਹੋਰਾਂ ਦੀ ਮੁਲਾਕਾਤ ਕਰਨ ਦੇ ਵਾਸਤੇ ਜੇਲ੍ਹ 'ਚ ਜਾਂਦੇ ਹੈ ਤੇ ਉਹ ਅੱਗੇ ਜਿੱਥੇ ਫਾਂਸੀ ਦਾ ਤਖਤਾ ਹੁੰਦਾ ਹੈ ਉਹਦੇ ਨੇੜੇ ਥਾਂ ਦੇ ਵਿੱਚ ਗੰਢੇ ਬੀਜੀ ਬੈਠਾ ਹੁੰਦਾ ਹੈ। ਉਧਰੋਂ ਗੰਢੇ ਪੱਟ ਕੇ ਆਉਂਦਾ, ਤੂੰ ਕਿੱਧਰੋਂ ਆਇਆ? ਨਾ, ਮੈਂ ਇੱਥੇ ਗੰਢੇ ਲਾਏ ਹੋਏ ਸੀ, ਗੰਢੇ ਗੁੱਡਣ ਗਿਆ ਸੀ ਤੇ ਪੱਟ ਵੀ ਲਿਆ। ਸਰਕਾਰੀ ਦਰਬਾਰੇ ਹਰ ਥਾਂ ਉਸ ਬੰਦੇ ਦੀ ਪਹੁੰਚ ਸੀ, ਪਰ ਕਦੇ ਕਿਸੇ ਗਰੀਬ ਦੇ ਉੱਤੇ ਉਹਨੇ ਧੌਂਸ ਨਹੀਂ ਜਮਾਈ ਸੀ। ਇਹ ਗੱਲ ਉਹਨਾਂ ਦੇ ਪਰਿਵਾਰਕ ਮੈਂਬਰ ਵੀ ਕਹਿੰਦੇ ਨੇ ਤੇ ਪਿੰਡ ਮਾਨਕਸਰ ਦੇ ਲੋਕ ਵੀ। ਹੁਣ ਜੇ ਗੱਲ ਕਰਨੀ ਹੋਵੇ ਉਹਨਾਂ ਦੀ ਕਿ ਉਹ ਗ੍ਰਿਫਤਾਰੀ ਹੋਈ, ਰਿਹਾਈ ਹੋਈ, ਕੀ ਕੁਛ ਹੋਇਆ, ਲੰਮਾ ਟਾਈਮ ਉਹਨਾਂ ਨੇ ਜੇਲ੍ਹ ਦੇ ਵਿੱਚ ਗੁਜ਼ਾਰਿਆ ਤੇ ਫਿਰ ਇਸੇ ਆਧਾਰ ਦੇ ਉੱਤੇ ਉਹਨਾਂ ਦੀ ਸਜ਼ਾ ਮਾਫ਼ ਵੀ ਹੋਈ ਕਿ ਜਿਹੜਾ ਵਿਅਕਤੀ ਲੰਮਾ ਟਾਈਮ ਕਾਲ ਕੋਠੜੀ 'ਚ ਗੁਜ਼ਾਰਦਾ ਹੈ ਤੇ ਫਿਰ ਉਹਨੂੰ ਰਿਹਾ ਕਰਨ ਦਾ ਹੱਕ ਕਾਨੂੰਨੀ ਤੌਰ ਦੇ ਉੱਤੇ ਭਾਰਤੀ ਸੰਵਿਧਾਨ ਦਿੰਦਾ ਹੈ। ਕਿਉਂ ਨੇ ਮੌਤ ਨੂੰ ਉਡੀਕਦੇ ਉਡੀਕਦੇ ਬਹੁਤ ਸਮਾਂ ਹੰਢਾ ਲਿਆ, ਬਹੁਤ ਸਮਾਂ ਲੰਘਾ ਲਿਆ। ਮਾਸਟਰ ਰਣਜੀਤ ਸਿੰਘ ਦੇ 6 ਪੁੱਤ ਸੀ ਤੇ 2 ਧੀਆਂ। ਦਇਆ ਸਿੰਘ ਪਹਿਲੇ ਤੋਂ ਛੋਟੇ ਸੀ, ਚੰਗਾ ਪਰਿਵਾਰ ਸੀ, ਪਰ ਦਇਆ ਸਿੰਘ ਨੇ 85 ਸਾਲ ਉਮਰ ਭੋਗੀ ਹੈ। ਇਹਨੂੰ ਕੁਦਰਤ ਦੀ ਕਰਾਮਾਤ ਕਹੀਏ ਜਾਂ ਕੁਛ ਹੋਰ ਕਿ ਬੰਦੇ ਨੂੰ ਫਾਂਸੀ ਹੋ ਜਾਵੇ ਤੇ ਉਦੋਂ ਬਾਅਦ ਫਿਰ ਵੀ ਚੜ੍ਹਦੀ ਕਲਾ 'ਚ ਰਹੇ ਤੇ ਅਖੀਰ ਫਾਂਸੀ ਟੁੱਟ ਵੀ ਜਾਵੇ, ਬਾਅਦ ਦੇ ਵਿੱਚ ਉਹ ਇੰਨੀ ਲੰਮੀ ਉਮਰ ਭੋਗੇ। ਦੁਨੀਆ ਦੇ ਇਤਿਹਾਸ 'ਚ ਸ਼ਾਇਦ ਇਹੋ ਜਿਹੀਆਂ ਬਹੁਤ ਥੋੜੀਆਂ ਉਦਾਹਰਨਾਂ ਮਿਲਦੀਆਂ ਹੋਣਗੀਆਂ, ਪਰ ਦਇਆ ਸਿੰਘ ਹੋਰੇ ਇੱਕ ਉਦਾਹਰਨ ਆਪਣੇ ਆਪ 'ਚ ਹੀ ਕਾਇਮ ਕਰਨ ਦੇ ਸਮਰੱਥ ਰਹੇ। ਪੰਜਾਬ ਦੇ ਮੁੱਖ ਮੰਤਰੀ
ਪ੍ਰਤਾਪ ਸਿੰਘ ਕੈਰੋਂ, ਉਹਨਾਂ ਦਾ ਕਤਲ ਕਿਉਂ ਕੀਤਾ, ਉਹਦੇ ਪਿੱਛੇ ਕੀ ਕਹਾਣੀ ਸੀ, ਬਹੁਤ ਸਾਰੀਆਂ ਗੱਲਾਂ ਉਹਨਾਂ ਨੇ ਕਦੇ ਰਿਕਾਰਡ ਤੇ ਨਹੀਂ ਲਿਆਂਦੀ। ਪਰ ਉਹਨਾਂ ਨੇ ਇੱਕ ਗੱਲ ਹੋਰ ਵੀ ਕਹੀ ਆਪਣੇ ਭਤੀਜੇ ਸਰਦਾਰ ਵਾਹਿਗੁਰੂ ਸਿੰਘ ਦੇ ਨਾਲ ਕਿ ਜਿਹੜੇ ਖੁਲਾਸੇ ਕਰਨਗੇ ਇਹ ਕਰਨਗੇ। ਉਹ ਚਾਹੁੰਦੇ ਸੀ ਕਿ ਜੇ ਮੈਂ ਖੁਲਾਸੇ ਕਰਤੇ ਤੇ ਬਹੁਤ ਸਾਰੇ ਪ੍ਰਸ਼ਾਸਨਿਕ ਹਲਕਿਆਂ ਦੇ ਵਿੱਚ ਬਹੁਤ ਸਾਰੇ ਚਿਹਰੇ ਬੇਨਕਾਬ ਹੋ ਜਾਣ। ਕੀ ਕਹਾਣੀ ਸੀ ਇਹ ਆਉਣ ਵਾਲੇ ਦਿਨਾਂ 'ਚ ਹੋਰ ਸਪਸ਼ਟ ਹੋਊਗੀ। ਪਰ ਇਸ ਹਾਈ ਪ੍ਰੋਫਾਈਲ ਕਤਲ ਕੇਸ ਦੇ ਵਿੱਚ ਜੁੜਿਆ ਇੱਕ ਨਾਂ ਅੱਜ ਜਿਹਦਾ ਭੋਗ ਸੀ, ਜਿਹਦੀ ਅੱਜ ਅੰਤਮ ਅਰਦਾਸ ਸੀ, ਉੱਥੋਂ ਇਹ ਗੱਲ ਤੁਹਾਡੇ ਨਾਲ ਸਾਂਝੀ ਕਰਨ ਦਾ ਯਤਨ ਕੀਤਾ। ਉਹਨਾਂ ਦਾ ਇਸ ਕੇਸ 'ਚ ਕੀ ਰੋਲ ਸੀ, ਕਿਉਂ ਸੁੱਚਾ ਸਿੰਘ ਵਾਸੀ ਜਿਹੜੇ ਇੰਟਰਨੈਸ਼ਨਲ ਪੱਧਰ ਦੇ ਰੈਸਲਰ ਸੀ, ਉਹਨਾਂ ਨੂੰ ਪ੍ਰਤਾਪ ਸਿੰਘ ਕੈਰੋਂ ਦਾ ਕਤਲ ਕਰਨਾ ਪਿਆ, ਕੀ ਕੀ ਕਹਾਣੀ ਸੀ, ਬਹੁਤ ਸਾਰੀਆਂ ਪਰਤਾਂ ਨੇ ਸਾਡੇ ਕੋਲ, ਉਹ ਸਾਰੀਆਂ ਪਰਤਾਂ ਮੌਜੂਦ ਨੇ, ਤੁਹਾਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਪਰਤਾਂ ਤੋਂ ਵੀ ਜਾਣੂ ਕਰਾਵਾਂਗੇ। ਜੇ ਗੱਲਬਾਤ ਚੰਗੀ ਲੱਗੇ ਤਾਂ ਜ਼ਰੂਰ ਇਸ ਨੂੰ ਸ਼ੇਅਰ ਕਰਿਓ, ਫਿਰ ਅਸੀਂ ਅਗਲੀ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਬਹੁਤ ਮਿਹਰਬਾਨੀ।